ਪਹਿਲਾਂ ਦੀ ਜਿਹੜੀ ਯਾਰੀ ਦੋਸਤੀ ਸੀ ਤੇ ਅੱਜ ਦੀ ਯਾਰੀ ਦੋਸਤੀ ਆ ਉਹਨਾਂ 'ਚ ਚੇਂਜ ਆਇਆ ਬਦਲਾ ਆਇਆ ਹਾਂ ਚੇਂਜ ਹੋ ਗਈ ਕਿਉਂਕਿ ਪਹਿਲੇ ਵਾਲੀ ਦੋਸਤੀ ਕਿਹਾ ਤੀ ਕਿ ਜੈਸੇ ਹਮ ਮਿਲੇ ऐसा आराम से हो सकते हैं आप सब दिखावा है अभी जैसा कुछ आया हुआ नहीं क्योंकि मेरा तो बचपन से दोस्त है ये तो खुद की मेंटेलिटी पे डिपेंड करता है अब डिस्टेंस ज्यादा होने के कारण सारे अलग अलग चले जाते हैं पहले का फर्क अब थोड़ा ही पैसा कमाओ रिश्तेदारी यारी दोस्ती सब मिलूगा। सत श्री अकाल तुसीं देख रहे हो प्राइम एशिया टीवी मैं नीलम क्वीन प्राइम व्यूज प्रोग्राम दे विच स्वागत करदी हां 3B2 दी मार्केट दे विच आ गए हैं शामां दा वेला आ लोगों नूं जाके कोई सवाल पूछना है कि यारियां दोस्तियां पहलां नालों हुण चेंज होईआं जे चेंज होईआं की बदलाव आया जां फिर कारण की मानदे आ आपां जाके लोगों नूं पुछदे हां देखदे कि कौन की जवाब दिंदा आ जाओ किद्दां जी ठीक हो ठीक हो ठीक है मैडम जी कित्थों दे हो तुसीं मैं हमीरपुर हिमाचल तों ठीक है जी तुसीं महाराष्ट्र दा ओ वाओ की करदे हो यहाँ पे जॉब करते हैं मतलब आईटी में सेम कंपनी जी इको कंपनी जी इको कंपनी जी छुट्टियां कौन ज्यादा मारता छुट्टियां ना बस वो करके देख लेंगे मौका मिलता मार लेंगे ऐसा करो भी कर लेंगे काम हां हां नहीं अब बंद कर देता ना नहीं वर्क फ्रॉम होम अब नहीं बजती छुट्टी ओके ठीक है कितना टाइम हो गया इथे रहंदिया नु इथे 8 साल हो गए ओ फैमिली इथे है फैमिली कर जी है बस छुट्टियां होंदियां तदी आंदी सर सौखे है फिर इधर ਸੌਖੀ ਹੈ ਔਰ ਦੂਰ ਰਹਿ ਕੇ ਤੁਹਾਡੀ ਫੈਮਿਲੀ ਇੱਥੇ ਰਹਿੰਦੀ ਨਹੀਂ ਮੈਂ ਅਕੇਲਾ ਹਾਂ ਯਹਾਂ ਪੇ ਕਦੋਂ ਕਿੰਨਾ ਟਾਈਮ ਹੋ ਗਿਆ ਰਹਿੰਦੇ ਅਭੀ 1 ਸਾਲ ਹੋ ਗਿਆ ਅਭੀ ਯਹਾਂ ਪੇ ਆ ਕੇ 1 ਸਾਲ ਹੋ ਗਿਆ ਅੱਛਾ ਠੀਕ ਹਜੇ ਵਿਆਹ ਨਹੀਂ ਹੋਇਆ ਯਾ ਨਹੀਂ ਫਿਰ ਤਾਂ ਬਹੁਤ ਸੌਖੇ ਹੋ ਬਹੁਤ ਸੌਖੇ ਹੋ ਇੱਥੇ ਇਕੱਲੇ ਰਹਿੰਦੇ ਤਾਂ ਸੌਖੇ ਓਕੇ ਠੀਕ ਹੈ ਹੁਣ ਛੁੱਟੀ ਹੋਈ ਸੀਗੀ ਚੱਲੇ ਸੀਗੇ ਛੁੱਟੀ ਹੋ ਗਈ ਸੀ ਅਭੀ ਅੱਛਾ ਠੀਕ ਹੈ ਮੈਨੂੰ ਇਹ ਦੱਸੋ ਕਿ ਤੁਹਾਡਾ ਕੋਈ ਕਰੀਬੀ ਦੋਸਤ ਹੈਗਾ ਬੈਸਟ ਫਰੈਂਡ ਜਿਹਨੂੰ ਆਪਾਂ ਕਹਿੰਦੇ ਹਾਂ ਹਾਂ ਬੈਸਟ ਫਰੈਂਡ ਹੈ ਕੀ ਨਾਮ ਉਹਨਾਂ ਦਾ ਸੁਨੀਲ ਸੁਨੀਲ ਕਿੰਨਾ ਟਾਈਮ ਹੋ ਗਿਆ ਉਹਨਾਂ ਨਾਲ ਦੋਸਤੀ ਦਾ ਦੋਸਤੀ ਤਾਂ ਸਮਝੋ ਬਚਪਨ ਦੀ ਹੈ ਵੈਸੇ ਪਲੱਸ 2 ਦੇ ਬਾਅਦ ਹੀ ਹੈ ਓਹ ਓਕੇ ਤੁਹਾਡੇ ਹੈ ਐਕਚੁਅਲੀ ਬਹੁਤ ਹੈ ਕੀ ਨਾਮ ਹੋ ਪ੍ਰਲਾਦ ਪ੍ਰਲਾਦ ਐਕਚੁਅਲੀ ਮਤਲਬ ਬਚਪਨ ਸੇ ਹਮ ਦੋਸਤ ਹੈ ਤੋ ਅੱਛਾ ਹੈ ਫਰੈਂਡ ਸਿੰਦੀ ਵਾਲ ਅੱਛਾ ਠੀਕ ਹੈ ਚਲੋ ਤੁਹਾਡੇ ਹੈਗੇ ਬੈਸਟ ਫਰੈਂਡ ਹੈਗੇ ਆ ਬਚਪਨ ਤੋਂ ਹੈਗੇ ਆ ਤੁਸੀਂ ਉਹ ਕੁਝ ਚੀਜ਼ਾਂ ਅਬਜ਼ਰਵ ਕੀਤੀਆਂ ਜਾਂ ਆਸ-ਪਾਸੇ ਸੁਣੀਆਂ ਕਿ ਪਹਿਲਾਂ ਵਾਲੀ ਦੋਸਤੀ ਤੇ ਹੁਣ ਵਾਲੀ ਦੋਸਤੀ ਚ ਬਹੁਤ ਫਰਕ ਆ ਚੇਂਜ ਹੋ ਗਿਆ ਚੇਂਜ ਹੋਇਆ ਹਾਂ ਚੇਂਜ ਤਾਂ ਹੋਇਆ ਹੀ ਹੈ ਕੀ ਚੇਂਜ ਹੋਇਆ ਪਹਿਲੇ ਵਾਲੀ ਦੋਸਤੀ ਮੈਡਮ ਸੀ ਕਿ ਮਤਲਬ ਕਿੱਥੇ ਮਿਲ ਜਾਓ ਆਪਣੇ ਗੱਪਾ ਗੁੱਪਾ ਮਾਰ ਕੇ ਕੁਝ ਵੀ ਕਰ ਲਓ ਅਬ ਤਾਂ ਬਸ ਉਹੀ ਹੈ ਦੂਰ ਜਿਸਨੇ ਡਿਸਟੈਂਸ ਹੋ ਗਿਆ ਸੋਸ਼ਲ ਮੀਡੀਆ ਤੇ ਹੀ ਹੈ ਬਸ ਹਾਈ ਵਾਈ ਉਧਰ ਹੀ ਹੋ ਰਹੀ ਹੈ ਬਸ ਸਾਰੀ ਜ਼ਰੂਰਤ ਪੈਦਾ ਬਸ ਮੁਸ਼ਕਲ ਹੀ ਹੈ ਖੜਾ ਹੁੰਦਾ ਕੋਈ ਹਾਂ ਬਸ ਉਹੀ ਕਰਕੇ ਹੈ ਅੱਛਾ ਠੀਕ ਹੈ ਤੁਹਾਨੂੰ ਕੀ ਲੱਗਦਾ ਚੇਂਜ ਹੋਈ ਹਾਂ ਚੇਂਜ ਹੋ ਗਈ ਕਿਉਂਕਿ ਪਹਿਲੇ ਵਾਲੀ ਦੋਸਤੀ ਕਿਹਾ ਤੇ ਕਿ ਜੈਸੇ ਹਮ ਮਿਲੇ ਆਸਾ ਆਰਾਮ ਸੇ ਹੋ ਸਕਤੇ ਆਪ ਸਭ ਦਿਖਾਵਾ ਹੈ ਲੋਕ ਸਿਰਫ ਦਿਖਾਣੇ ਕੇ ਲਈ ਕਰਤੇ ਹਾਂ ਉਸਕੇ ਪਾਸ ਪੈਸੇ ਹੈ ਨਾ ਤਾਂ ਫਿਰ ਦਿਖਾਵਾ ਮਤਲਬ ਦੋਸਤੀ ਕਰ ਲੇਗੇ ਅਗਰ ਨਹੀਂ ਹੋ ਤਾਂ ਕੋਈ ਨਹੀਂ ਕਰੇਗਾ ਪੈਸਾ ਖਿੱਚਦਾ ਆਪਣੇ ਆਪ ਖਿੱਚਦਾ ਹੈ ਤੇ ਜੇ ਠੀਕ ਆ ਕਿ ਜ਼ਰੂਰੀ ਨਹੀਂ ਕਿ ਹਰ ਕਿਸੇ ਤੋਂ ਪੈਸਾ ਹੋਵੇ ਜੇ ਕਿਸੇ ਤੋਂ ਪੈਸਾ ਨਾ ਹੋਵੇ ਉਹ ਦੋਸਤੀ ਨਹੀਂ ਰੱਖਦੇ ਤੇ ਉਹ ਦੋਸਤੀ ਰੱਖਦੇ ਲੇਕਿਨ ਉਹ ਸਿਰਫ ਮਤਲਬ ਇੱਕ ਚੀਜ਼ ਹੈ ਆਟ ਅਟੈਚਮੈਂਟ ਨਹੀਂ ਹੁੰਦੀ ਸਿਰਫ ਉਸ ਚੀਜ਼ੋ ਕੇ ਲਈ ਰੱਖਦੇ ਕਿ ਨਹੀਂ ਯਾਰ ਇਸਕੇ ਪਾਸ ਹੈ ਕੁਝ ਚੀਜ਼ ਇਸ ਲਈ ਉਹ ਰੱਖਦੇ ਅੱਛਾ ਜਿਹੜਾ ਤੁਹਾਡੇ ਬੈਸਟ ਫਰੈਂਡ ਆ ਪਹਿਲਾਂ ਨਾਲੋਂ ਹੁਣ ਚੇਂਜ ਆਇਆ ਕੁਝ हाँ चेंज तो है अभी मतलब पहले मेरे बहुत फ्रेंड थे अभी ज्यादा नहीं क्योंकि सिर्फ मैं वर्कहोलिक हुआ हूँ तो इसकी वजह से सिर्फ एक दो फ्रेंड ही बन पाते हैं नहीं तो नहीं बनते ज्यादातर ਜਿਹੜਾ ਤੁਹਾਡਾ ਬੈਸਟ ਫਰੈਂਡ ਆ ਉਹਨਾਂ ਚ ਆਇਆ ਬਦਲਾ ਬਦਲਾ ਤਾਂ ਹੋਈ ਹੈ ਕਿ ਸਮੇਂ ਕਰਕੇ ਦਾਣਾ ਹੀ ਹੈ ਮਜਬੂਰੀਆਂ ਪੈਂਦੀਆਂ ਪਰਿਵਾਰ ਦੇ ਤੇ ਫਿਰ ਉਹਦੇ ਕਰਕੇ ਆ ਟਾਈਮ ਉਤਰਾ ਮਿਲਦਾ ਨਹੀਂ ਅੱਛਾ ਆਪਣੇ ਦੋਸਤਾਂ ਲਈ ਟਾਈਮ ਕੱਢਦੇ ਹੋ ਕਿਤੇ ਘੁੰਮਦੇ ਫਿਰਦੇ ਹੋ ਗੈਟ ਟੁਗੇਦਰ ਹੁੰਦੀ ਹੈ ਗੈਟ ਟੁਗੇਦਰ ਮੈਂ ਉਹ ਹੀ ਛੁੱਟੀਆਂ ਜਾਂਦੇ ਆ ਤਾਂ ਕਰ ਦਿੰਦੇ ਆ ਗੈਟ ਟੁਗੇਦਰ ਫੋਨ ਤੇ ਗੱਲ ਹੁੰਦੀ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ ਕਿੰਨਾ ਟਾਈਮ ਬਸ ਕੋਈ ਹਫਤੇ ਚ 2-3 ਵਾਰੀ ਹੁੰਦੀ ਹੈ ਅੱਛਾ ਹਫਤੇ ਚ ਹਫਤੇ ਚ ਵੀ ਸਾਰੇ ਬਿਜੀ ਆ ਨਾ ਆਪਣੀ ਲਾਈਫ ਚ ਸਾਰੇ ਨਹੀਂ ਹੁੰਦੀ ਅੱਛਾ ਠੀਕ ਆ ਤੁਹਾਡੇ मेरी तो 6 महीने में एक बार बात होती है कभी बात की तो ही कितना बेस्ट फ्रेंड मतलब बेस्ट फ्रेंड मतलब घर पे रहते हैं ना तो एक्चुअली वो पहले से हम अटैचमेंट हो गई थी कॉलेज में जो भी फ्रेंडशिप हैगी कहना चाहोगे लोगों फ्रेंडशिप यही कहेंगे
मतलब फ्रेंडशिप कितनी है तो उन्होंने भाव फिर चाहे कितने भी डिस्टेंस हो गए कितने भी बड़े जैसे पैसे के बीच में आ जाए कुछ भी है लेकिन दोस्ती दोस्ती हो जाती पैसा बीच नहीं आना चाहिए। मेरा मानना तो दिखावा नहीं होना चाहिए, मतलब जैसे दोस्ती मतलब जैसे एक दूसरे को समझना चीजें मतलब कैसे होती है कि दोस्ती में एक दूसरे को हम समझते हैं नहीं तो आगे अच्छी कोई चीजें होती है उसमें डेवलप करने में हेल्प करते हैं वैसे होनी चाहिए। खामखा दिखावा के लिए आ गए फिर बाद में चले गए ऐसा नहीं होना चाहिए, मेरा तो ये मानना है। ठीक है, मैंने बहुत चंगा लगा जी गल करके, थैंक यू। थैंक यू। किदा जी ठीक हो? हाँ जी बढ़िया। कितों दे हो तुसी जी? मैं मनपुर चौक रहता हूँ। बैकग्राउंड के ये नहीं जिदा मैं पंजाब तो हां तुसी कित्थों? मुरादाबाद। अच्छा मुरादाबाद। हां जी। की करदे हो तुसी? जी मैं पार्लर में काम करता हूं। अच्छा ठीक है। इत्थे कितना टाइम हो गया रहंदे हन? मेरे हो गए आज 15 दिन हो गए। 15 दिन हो गए। हां जी। हुणी आए हो? हां जी। फैमिली भी इत्थे इकल्ले आए हो? इकल्ला आया हूं। ओह किने सलाह दी सी कि मोहाली चलदे हां? जी मैं खुद ही आया था। खुद ही आए हो? हां जी। अच्छा काम कार लभण आए सी ते मिल गया काम? हां जी। चलो वधिया कर ला। तुहाडे कोई बेस्ट फ्रेंड है? नहीं बेस्ट फ्रेंड नहीं है, मेरे भाई रहता है। मतलब ਤੁਹਾਡਾ ਬ੍ਰਦਰ ਹੀ ਤੁਹਾਡਾ ਦੋਸਤ ਹੈ? ਮਤਲਬ ਕੋਈ ਵੀ ਮਤਲਬ ਕਿ ਸਿਚੁਏਸ਼ਨ ਹੋਵੇ ਉਹ ਤੁਹਾਡਾ ਬ੍ਰਦਰ ਉੱਥੇ ਅਸ਼ਰਫ ਨਾਲ ਹੁੰਦਾ ਹੈ? ਹਾਂਜੀ। ਜਿੱਥੇ ਵੀ ਕਾਂਡ ਕੀਤੇ ਉਹ ਵੀ ਨਾਲ ਹੁੰਦਾ? ਨਹੀਂ ਕਾਂਡ ਨਹੀਂ ਕੀਤੇ? ਨਹੀਂ 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 ਕਾਂਡ ਤੇ ਕੀਤਾ ਹੱਸੇ। ਸ਼ਰਾਰਤੀ ਕੌਣ ਦੋਨਾਂ ਚ ਤੁਸੀਂ ਕਹੋ? ਨਹੀਂ ਜੀ ਕੁਝ ਨਹੀਂ। ਕੋਈ ਵੀ ਨਹੀਂ? ਨਹੀਂ। ਚਲੋ ਠੀਕ ਹੈ, ਮੈਨੂੰ ਚੰਗਾ ਲੱਗਾ ਜੀ ਗੱਲ ਕਰਕੇ, ਥੈਂਕ ਯੂ। ਕਿੱਦਾਂ ਜੀ ਠੀਕ ਹੋ? ਠੀਕ ਹੈ ਜੀ ਠੀਕ ਹੈ। ਤੁਸੀਂ ਠੀਕ ਹੋ ਜੀ? ਕਿੱਥੋਂ ਦੇ ਹੋ ਤੁਸੀਂ? ਹਮ ਸ਼ਿਮਲਾ ਸੇ। अभी तो फिर भी ठीक है, सुबह के टाइम कौन घूमेगा। ओके मैं तुहानू एक ही सवाल पूछना, पहले मैनू ये दसो कि तुहाडा कोई बेस्ट फ्रेंड है? बदला आ गया, दोस्त बदल गए? अभी तो ऐसा कुछ आया हुआ नहीं क्योंकि मेरा तो बचपन से दोस्त है, तो अभी ऐसा कुछ ख्याल आया नहीं मेरे दिमाग में। टकराव हो जाता है दोस्तों के बीच में, तो बहुत कुछ ऐसी बातें होती है। मतलब जिद्दा कि तुसी हो, तुहाडी कोई गर्लफ्रेंड बन गई तो तुहाडी यारी तुहाडे दोस्त नाल घट गई, एदा? हाँ ऐसा भी हो सकता है। एदा हुंदा है? तुहाडे नाल होया एदा कि नाल दे दी यार दोस्त बनी होवे? नहीं ऐसा तो नहीं हुआ। अच्छा मतलब तुहानू लगदा कि यारियां दोस्तियां च फिक पैंदी कुड़ियां करके पैंदी, तुसी ये कहंदे हो? ये भी हो सकता है। हां और भी बहुत कुछ होते हैं। और कितना मतलब? जैसे कि किसी की बातों में आके दोस्त वगैरह तो हो जाता है ऐसा। किसी ने पंप दे तो हां। अच्छा तुहानू की लगदा पहलां दी यारियां दोस्तियां ते हुंदियां यारियां दोस्तियां बदल गईयां कि सही है? ये तो खुद की मेंटालिटी पे डिपेंड करता है। अब अगर हम किसी और की बातें सुन के किसी और के बहकावे में आके अपनी दोस्ती तोड़ देंगे तो ये तो हमारी वो हो जाएगी ना, कितनी वीक है हमारी दोस्ती। तो फिर वो तो हमारे पे डिपेंड करता है, हमारी मेंटालिटी पे डिपेंड करता है। दोस्ती तो यही है कि जे किसी ने कुछ किया सीधा आगे पूछो भाई तू वहां बोल लिया, फेस टू फेस बात करो। हमारे बीच में हुआ नहीं ना कभी ऐसा, हम तो बचपन से दोस्त हैं। तो फिर ऐसा कुछ पॉइंट बिल्कुल सही है, कई बार तीजे बंदे की गल सुन के दो जने की दोस्ती टुट जाती है, बिल्कुल सही गल है। अच्छा तुम यही क्या कि हर किसी की अपनी ओर है। अच्छा थोड़े जिदा कई क्लोज फ्रेंड बचपन तो तुम्हें भी जानते होने, चलो ये तो मूहरे खड़े आ जे होर क्लोज है, कभी तुम लग्या कि उन्होंने पहला बहुत चेंज से हूँ चेंज आ गया? अब जैसे जैसे बढ़ते जाएंगे थोड़े बहुत तो उनकी पर्सनालिटी में भी चेंजेस होंगे, बट मेरे मतलब टूवर्ड्स मी उनका कोई ऐसा चेंज नहीं है, उतनी अफेक्शन है, उतना ही लगाव है अभी भी। अच्छा तुम्हें क्या लगता है कि जो यार ये दोस्ती है जो फेकनेस आ गई है दोस्तों, कि चीजा तो लगता है अभी
यही बैड बिचिंग वगैरह करते हैं जो बच्चे, अब लोग तो करेंगे ही, दोस्त करते हैं। अगर कोई आपका ट्रू फ्रेंड है, बेस्ट फ्रेंड है, तो नहीं करेगा वो आपकी बिचिंग, मतलब साइड लेगा कि नहीं आप गलत बोल रहे हो। बट अगर कोई फेक फ्रेंड है तो वो तो बिचिंग करेगा ही जाके, आपकी बातें किसी और के पास, किसी और की बातें आपके पास। इतना कभी हुआ है पिछे कोई चुगलियां करता हो तो मुरे के हैं कितना ठीक है? ये तो सभी करते हैं, स्वाद आता देख के बहुत ही ज्यादा। कुछ नहीं नहीं क्या कह रिएक्शन होना, बोली जा बोली जा। मेरे बारे में इन्हीं के पास बोलते हैं। सीरियसली तुसी नहीं होते दूजे दे गल्ला च? अब क्या बोलना, हम खुद को पता है कौन कैसा है, तो फिर दूसरों की बातों में क्या आना। बिल्कुल सही, जे तरह कुछ हुंदा भी ना मुंह ते खड़ा के पूछ लिया करो, कोई लोड़ नहीं है ना यारियां दोस्तियां च फिक पाउण दी। अच्छा जेडे देख रहे ने इस वेले यूथ आ जा लोक आ, उन्हां नूं फ्रेंडशिप दे बारे दोस्ती दे बारे की कहना चाहोगे? भरोसा रखो अपने ऊपर भी और दूसरों के ऊपर भी, बस यही। बहकावे में नहीं आना चाहिए, अपने जो आपके बचपन के फ्रेंड्स हैं उनसे फेस टू फेस बात करो और विश्वास रखो कि अभी भी ट्रू फ्रेंडशिप एग्जिस्ट करती है। ठीक है, मैंने बहुत चंगा लगा जी गल करके, थैंक यू। किद्दा जी ठीक हो? हाँ जी बढ़िया बढ़िया। किसी दी वेट कर दे, फोन कर दे? नहीं वेट नहीं कर दे, बस ड्यूटी से अभी आया। मैं किसी नु फोन कर दे चक ही नहीं रहे। नहीं 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 ऐसा नहीं है। अच्छा कितों दे हो तुसी? मैं हिमाचल से हूं बेसिकली। की कर दे हो? मैं रियल एस्टेट की वर्किंग है सारी। अच्छा ठीक है, इत्थे कितना टाइम हो गया रहंदे हन? 2.5 ईयर हो गए। कल्ले रहंदे हो? 2.5 ईयर वैसे मोहाली में हो गए, वैसे चंडीगढ़ में मेरे को हो गए 5-7 साल। चंडीगढ़ वधिया कि मोहाली? मोहाली वधिया मैडम। किद्दा? बहुत वधिया है। अच्छा फैमिली भी इतने नाल रहंदे कि कल्ले रहंदे हो? फैमिली साथ में सारे। ओके ठीक है, हुन ड्यूटी तो फ्री होए सी? हां जी हां जी। अच्छा तुहाडा कोई बेस्ट फ्रेंड है? नहीं बेस्ट फ्रेंड तो कोई नहीं है अपना। कोई मुंडा कोई भी हो सकदा? हां बहुत है वैसे तो। एक दो हुंदे खास? हां जी जी हैगे जी। उहनां दा हैगा सर, बेसिकली है, काफी है। हां हां। अच्छा मैंने ये दसो कि जिदा पहला दी यारी दोस्ती ते हुण दी यारी दोस्ती च तुहानू लगदा कि चेंज आ गया या फिक्का? तो मैं माया देखो सबकी लाइफ होल लाइफ है ना, सबकी अलग अलग होती है, जैसे एज ग्रो होती है वैसे चेंजेस आती रहती है। केड़ी चीजां तो चेंजेस लगदे? चेंजेस पर डिस्टेंस काफी हो जाता है, फ्रेंड्स में भी, फ्रेंड अपनी तरफ चले जाते हैं, हम कहीं और। हिमाचल च कुछ खास दोस्त होने हैं? हिमाचल में तो बहुत मैम काफी दोस्त है, जो जाने महफुल लगती है। बिल्कुल बिल्कुल मैम। अच्छा उन्होंने पहला ते हुण दे विच उन्होंने नेचर च जो ओवरऑल बदलाव कोई देखा तुसी? बदलाव यही देखा है कि वैसे तो बेसिकली हम जाते तो कई बार हाँ मिल जाते हैं, कई बार नहीं होते हैं, बिजी होते हैं। हाँ जी अदर स्टेट्स में होते हैं। अच्छा तो उन्हों की लगता है जी अजकल दी दोस्तियां भावें पुरानियां हैं किसी की भी हो सकती है, तो उन्हों की लगता है कि क्यों वो टुट रही हैं, की कारण लगता है? बेसिकली देखो मैम दोस्ती तो यही है, साथ ही है वैसे बेसिकली तो सारे, पर अब डिस्टेंस ज्यादा होने के कारण सारे अलग अलग चले जाते हैं अपने अपने। हाँ जी बिजी हो जाते हैं। अच्छा ठीक है। अच्छा तो जेडे इस वेले तुहानू देख रहे हैं तुसी उन्हां नू की कहोगे दोस्ती नू लेके? डिस्टेंस जो होता है वो एक बार देखो मिलके चलना चाहिए सबको बेसिकली, है ना, फ्रेंड्स तो मिलते ही रहते हैं सारे, अब यही चीज है दोस्ती बना के रखनी चाहिए। बिल्कुल हां ओके जी थैंक यू। ओके मैम की हाल चाल? ठीक है। ਤੁਸੀਂ ਠੀਕ ਹੋ? ਹਾਂਜੀ ਹਾਂਜੀ ਵਧੀਆ ਵਧੀਆ। ਬਰਨਾਲੇ ਤੋਂ ਜੀ? ਤੁਸੀਂ ਬਰਨਾਲੇ ਤੋਂ ਜੀ? ਕੀ ਕਰਦੇ ਹੋ? ਇੱਥੇ ਕੋਰਸ ਕਰਦੇ ਹਾਂ। ਕਾਹਦਾ? ਐਲਐਲਬੀ ਕਰਦੇ ਹਾਂ। ਓਕੇ ਤੁਸੀਂ? ਡਿਜੀਟਲ ਮਾਰਕੀਟਿੰਗ ਕਰਦੇ ਹਾਂ ਜੀ ਉਧਰ 11 ਵਜੇ। ਇਸ ਵੇਲੇ ਮਾਰਕੀਟ 'ਚ ਕੀ ਕਰ ਰਹੇ ਸੀ? ਮਾਰਕੀਟ ਵੈਸੇ ਘੁੰਮਣ ਆ ਗਏ ਜੀ। ਹਾਂਜੀ ਖਾਣ ਪੀਣ ਨਹੀਂ ਹੈ? ਖਾਣ ਪੀਣ ਵੀ ਹੈ ਜੀ। ਕੀ ਖਾਣਾ? KFC ਦੇ ਜਾਵਾਂਗੇ। ਤੁਸੀਂ? ਉੱਤੀ ਆਣੇ ਜੀ। ਹੋਰ ਚੇਂਜ ਨਹੀਂ ਕੋਈ ਚੀਜ਼? ਇੱਕੋ ਹੀ। ਅੱਛਾ ਤੁਹਾਡਾ ਕੋਈ ਬੈਸਟ ਫਰੈਂਡ ਹੈ? ਆਹੀ ਹੈ ਜੀ। ਇਹੀ ਆ? ਹਾਂਜੀ। ਇਹ ਨਹੀਂ ਕਿ ਮੂੰਹ ਤੇ ਆ ਹੁਣ ਕਹਿਣਾ, ਹੋਰ ਕੋਈ ਵੀ ਹੋ ਸਕਦਾ। ਨਾ ਇਹ ਨਹੀਂ, ਇੱਕ ਹੋਰ ਹੈਗਾ ਜੀ ਆਪਣਾ ਤੁਹਾਡਾ? ਇੱਕ ਹੋਰ ਹੈਗਾ ਜੀ, ਇੱਕ ਹੋਰ ਆ ਗਿਆ ਨਾ। ਅੱਛਾ ਕੀ ਨਾਮ ਆ ਉਹਨਾਂ ਦਾ? ਇਹ ਤਾਂ ਚਲੋ ਕੋਲ ਲਖਵੀਰ ਸਿੰਘ ਹੈ ਜੀ। ਲਖਵੀਰ ਸਿੰਘ? ਹਾਂਜੀ। ਤੇ ਇਹਨਾਂ ਦਾ ਕੀ ਨਾਮ ਆ? ਹਰਸ਼ਪ੍ਰੀਤ। ਇਹ ਤੁਹਾਡੇ ਹੈਗੇ ਬੈਸਟ? ਹਾਂਜੀ ਹਾਂਜੀ ਇਹ ਵੀ ਨੇ ਜੀ। ਇਹਨਾਂ ਦਾ ਕੀ ਨਾਮ ਹੈ? ਇਹ ਨਾ ਸੁਖਵਿੰਦਰ ਸਿੰਘ ਜੀ। ਠੀਕ ਹੈ ਜੀ। ਅੱਛਾ ਮੈਨੂੰ ਇਹ ਦੱਸੋ, ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੋਸਤੀ ਦਾ? ਮੈਂ 2 ਸਾਲ ਹੋ ਗਏ। 2 ਸਾਲ ਹੋ ਗਏ। ਅੱਛਾ ਮੈਨੂੰ ਇਹ ਦੱਸੋ ਕਿ ਪਹਿਲਾਂ ਦੀ ਯਾਰੀ ਦੋਸਤੀ ਤੇ ਹੁਣ ਦੀ ਯਾਰੀ ਦੋਸਤੀ ਦੇ ਵਿੱਚ ਚੇਂਜ ਆਇਆ? ਨਾ ਨਾ ਜੀ। ਤੁਹਾਡੀ ਨਹੀਂ ਓਵਰਆਲ? ਨਾ ਨਾ ਕਿਸੇ ਚ ਨਹੀਂ ਆਇਆ। ਕਿਸੇ ਚ ਨਹੀਂ ਆਇਆ? ਨਾ ਨਾ। ਕਿਉਂ ਨਹੀਂ ਆਇਆ? ਬਸ ਸਾਰੇ ਵਧੀਆ ਨੇ ਜੀ। ਹਾਂ ਵਧੀਆ ਹੀ ਹੁੰਦੇ ਨੇ ਸਾਰੇ, ਬਸ ਚੱਲੀ ਚੱਲੋ ਯਾਰ ਦਾ। ਤਾਂ ਲੱਗਦਾ ਕਿ ਯਾਰੀਆਂ ਪਹਿਲਾਂ ਵਰਗੀਆਂ ਨਹੀਂ ਰਹੀਆਂ? ਉਹ ਪੈ ਜਾਂਦਾ ਫਰਕ ਥੋੜਾ ਜੀ। ਕਿਹੜੀਆਂ ਚੀਜ਼ਾਂ ਤੋਂ ਲੱਗਦਾ? ਸਰ ਮੈਮ ਕਈ ਵਾਰ ਪੈਸੇ ਪੁਸੇ ਤੋਂ ਪੈ ਜਾਂਦਾ ਜੀ, ਕਈ ਵਾਰ ਆਪਾਂ ਜਦੋਂ ਬਗਾਰ ਬੂਰ ਜੀ ਪੈ ਜਾਂਦੀ ਆ ਉਦੋਂ ਪੈ ਜਾਂਦਾ ਜੀ। ਤੁਸੀਂ ਨਹੀਂ ਪਾਉਂਦੇ ਇੱਕ ਦੂਜੇ ਨੂੰ ਬਗਾਰ? ਨਾ ਇਸ ਤਰ੍ਹਾਂ ਨਹੀਂ ਸਾਡਾ ਨਹੀਂ। ਕੱਪੜੇ ਨਹੀਂ ਚੱਕ ਕੇ ਪਾਉਂਦੇ ਇੱਕ ਦੂਜੇ? ਨਾ ਨਾ ਕੱਪੜੇ ਨਹੀਂ ਪਾਉਂਦੇ ਜੀ। ਨਹੀਂ ਦੱਸੀ ਜਾਂਦਾ ਜੀ, ਸਾਡੇ ਤਾਂ ਉਵੇਂ ਹੀ ਆ ਜੀ, ਪੂਰੀ ਵਧੀਆ ਜੀ। ਸਾਡੇ ਦੋਨਾਂ ਚੋਂ ਗੁੱਸੇ ਵਾਲਾ ਕੌਣ? ਨਾ ਨਾ ਇਹ ਕੋਈ ਨਹੀਂ ਹੈਗਾ, ਇਦਾਂ ਤਾਂ ਹੋ ਹੀ ਨਹੀਂ ਸਕਦਾ। ਨਾ ਨਾ ਜੀ, ਲੜਾਈ ਉਹ ਹੋ ਜਾਂਦੀ ਹੈ ਜੀ, ਉਹ ਮਾੜੀ ਮੋਟੀ। ਕਿਹੜੀ ਗੱਲ ਤੇ ਹੁੰਦੀ ਹੈ? ਕਈ ਵਾਰ ਇੱਧਰ ਉੱਧਰ ਜਾਂਦੇ ਜੀ, ਰੂਟ ਆ ਜਾਂਦਾ ਹੁੰਦਾ ਜੀ। ਹਾਂ ਬਸ ਉਹਦੇ ਚੱਕਰਾਂ ਹੋ ਜਾਂਦੀ ਹੈ ਵੀ ਅਪਡੇਟ ਕਰਾਤਾ ਜੀ। ਬਸ ਹਾਂ ਜੀ। ਅੱਛਾ ਤੁਸੀਂ ਆਲੇ ਦੁਆਲੇ ਦੇਖਿਆ ਸੁਣਿਆ ਕਿ ਯਾਰੀਆਂ ਦੋਸਤੀਆਂ ਯਾਰ ਪਹਿਲਾਂ ਵਰਗੀਆਂ ਨਹੀਂ ਰਹੀਆਂ, ਜੇ ਨਹੀਂ ਰਹੀਆਂ ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਵਰਗੀਆਂ ਯਾਰੀਆਂ ਨਹੀਂ ਰਹਿਣ ਦਾ ਕਾਰਨ ਕੀ ਹੈਗਾ? ਜਿੱਦਾਂ ਤੁਸੀਂ ਬੋਲਿਆ ਕਿ ਹਾਂ ਪੈਸੇ ਬਗਾਰ ਬਗੂਰ। ਹਾਂ ਜੀ ਬਗਾਰਾਂ ਪੈ ਜਾਂਦੀਆਂ ਨੇ ਕਈ ਵਾਰ, ਕਈ ਵਾਰ ਬਸ
ਘਰ ਦੇ ਉਹਦੇ ਵਿੱਚ ਪ੍ਰੋਬਲਮ ਦੀ ਪੈ ਜਾਂਦੇ ਵੀ ਹੈਲਪ ਨਹੀਂ ਕਰਦੇ ਜੀ ਆਪਾਂ ਇਹ ਨਵੇਂ ਬਣਾਉਣ ਜਾਈਏ ਜੀ ਅੱਧੇ ਮਤਲਬ ਹੀ ਹੁੰਦੇ ਨੇ ਜੀ ਉਹਨਾਂ ਨਾਲ ਰਹਿਣ ਦਾ ਕੋਈ ਮਤਲਬ ਨਹੀਂ ਹੁੰਦਾ ਜੀ ਉਹ ਆਪਦਾ ਮਤਲਬ ਕੱਢਦੇ ਨੇ ਜੀ ਬਸ ਉਹ ਮਤਲਬ ਦੋਸਤੀ ਬਣਾਉਣਗੇ ਜੀ ਉਹਨਾਂ ਦਾ ਕੰਮ ਪੂਰਾ ਹੋ ਗਿਆ ਜੀ ਫਿਰ ਤੂੰ ਕੌਣ ਹੈ ਮੈਂ ਕੌਣ ਹੈ ਜੀ ਬਸ ਫਿਰ ਮੁੜ ਕੇ ਜਿੱਤ ਤੋਂ ਮਤਲਬ ਕਰਨਾ ਉਹ ਦੋਸਤ ਹੋ ਗਿਆ ਹਾਂਜੀ ਹਾਂਜੀ ਹੁਣ ਜੇ ਤੁਹਾਡੇ ਤੋਂ ਤਾਂ ਨਹੀਂ ਕੱਢਿਆ ਕਿਸੇ ਨੇ ਮਤਲਬ ਕਰਕੇ ਜਿਵੇਂ ਜੀ ਪਰਖ ਲੈਂਦੇ ਹੋ ਹਾਂ ਜਿਵੇਂ ਪਰਖ ਲੈਂਦੇ ਜੀ ਮੂੰਹ ਤੇ ਬੰਦਾ ਜੀ ਜੇ ਤੁਸੀਂ ਨਹੀਂ ਪਰਖ ਪਾਉਂਦੇ ਇਹ ਦੱਸ ਦਿੰਦੇ ਹੁਣੇ ਦੂਰ ਰਹਿ ਤੋਂ ਨਾ ਨਹੀਂ ਹੈ ਉਹ ਵੀ ਨਹੀਂ ਸਾਰੇ ਮਤਲਬ ਇਹ ਇੰਨੇ ਦੋਸਤ ਨਹੀਂ ਬਣਾਏ ਨਹੀਂ ਚਾਰ ਪੰਜ ਕਿ ਨੇ ਛੋਟਾ ਹੀ ਹੈ ਹਾਂਜੀ ਵਧੀਆ ਗੱਲ ਆ ਰਹਿਣੇ ਇਸ ਸਾਰੇ ਹਾਂਜੀ ਇੱਕ ਦੂਜੇ ਨੂੰ ਕਹਿਣੇ ਰਹਿਣੇ ਆ ਵੀ ਤੁਹਾਨੂੰ ਆਹ ਕਰ ਲਾ ਹੁਣ ਤੇਰੇ ਚੱਕ ਚੱਕ ਕੱਪੜੇ ਪਾਈ ਜਾਣ ਹਾਂਜੀ ਹਾਂਜੀ ਉਹ ਮੁੰਡੇ ਕਰਦੇ ਨੇ ਕਰਦੇ ਨੇ ਅਸੀਂ ਵੀ ਕਰਦੇ ਆ ਜੀ ਕਰਦੇ ਆ ਹਾਂਜੀ ਜਿਆਦਾ ਕੌਣ ਪਾਉਂਦਾ ਇੱਕ ਦੂਜੇ ਦੇ ਕੱਪੜੇ पैसे दा साब सिद्धा रखो आले नाल भी तू इथे ला दे थोड़े जे अगला नाल दी नाल थोड़े मोटे आपदे कर ले भी बाद च फर्क ना पवे अगला कहंदा जदों टुटे जांदी आई ਉਹ ਕਹਿਣ ਲੱਗ ਜਾਂਦੇ ਨੇ ਵੀ ਆਪਣਾ ਪੈਸੇ ਤੂੰ ਮਰੀਨੇ ਖਾ ਗਿਆ ਆਪਾਂ ਉਤਰ ਗਿਆ ਉਹਦੇ ਚ ਫਰਕ ਪੈ ਗਿਆ ਛੋਟਾ ਮੋਟਾ ਇਹਦਾ ਦੋਸਤ ਹੀ ਆਈ ਆਪਣੇ ਮੈਣੀ ਇਹਦਾ ਵੀ ਮਤਲਬ ਹਨਾ ਕੰਮ ਕੱਢੋ ਨਾ ਆਈ ਉਹਨੂੰ ਦੋਸਤ ਬਣਾਇਆ ਵੀ ਸਾਰੀ ਜ਼ਿੰਦਗੀ ਨਾਲ ਰੱਖੋ ਜੀ ਐ ਨਹੀਂ ਇਹ ਮੈਨੂੰ ਧੋਖਾ ਦੋ ਮੌਕੇ ਤੇ ਆ ਗਏ ਜਿਹਨੂੰ ਇੱਕ ਵਾਰੀ ਫੋਲੋ ਕਰ ਲਿਆ ਅਨਫੋਲੋ ਨਹੀਂ ਕਰਨਾ ਚਾਹੀਦਾ ਜੀ ਬਸ ਸ਼ੋਪਿੰਗ ਵਗੈਰਾ ਕਾਦੀ ਵੈਹੀ ਗਰਮੀ ਅੱਛਾ ਸ਼ੋਪਿੰਗ ਨਹੀਂ ਨਹੀਂ ਐਕਚੁਅਲੀ ਕੋਈ ਰਿਟਾਇਰਮੈਂਟ ਪਾਰਟੀ ਹੈ ਸਾਡੇ ਉਹਦੇ ਲਈ ਰਿਟਾਇਰ ਹਾਂਜੀ ਵਧੀਆ ਗੱਲ ਆ ਅੱਛਾ ਮੈਨੂੰ ਦੱਸੋ ਕਿ ਤੁਹਾਡਾ ਕੋਈ ਬੈਸਟ ਫਰੈਂਡ ਹੈ ਹਾਂਜੀ ਬਿਲਕੁਲ ਫਿਲਹਾਲ ਤਾਂ ਨਾਲ ਖਲਾ ਫਿਲਹਾਲ ਤਾਂ ਨਾਲ ਉਹਨਾਂ ਨੇ ਕੋਈ ਹੋਰ ਉਹਨਾਂ ਨੇ ਕੋਈ ਹੋਰ ਸੋਚਿਆ ਸੀ ਕੀ ਕਰ ਰਹੇ ਨਹੀਂ ਇੱਕ ਮਿੰਟ ਨਾਮ ਤਾਂ ਲੈਣ ਦਿਓ ਅੱਛਾ ਨਾਮ ਪ੍ਰਦੀਪ ਪ੍ਰਦੀਪ ਹਾਂਜੀ ਹਾਂਜੀ ਅੱਛਾ ਜੀ ਤੁਹਾਡੇ ਮੇਰਾ ਨਾਮ ਰੋਹਿਤ ਹੈ ਤੇ ਮੇਰਾ ਫਰੈਂਡ ਹੈਗਾ ਹਰਪ੍ਰੀਤ ਹਰਪ੍ਰੀਤ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਰੋਹਿਤ ਸੌਰੀ ਕੀ ਬੋਲੇ ਹਰਪ੍ਰੀਤ ਪ੍ਰਦੀਪ ਮੈਂ ਕਨਫਿਊਜ਼ ਹੀ ਹੋ ਗਈ ਮੇਰਾ ਨਾਮ ਪ੍ਰਦੀਪ ਹੈ ਵੈਸੇ ਤੁਹਾਡਾ ਹਰਪ੍ਰੀਤ ਆ ਅੱਛਾ ਤੁਸੀਂ ਇਹਨਾਂ ਦਾ ਨਾਮ ਬੋਲਿਆ ਓਕੇ ਪ੍ਰਦੀਪ ਦੋਸਤ ਤੁਹਾਡਾ ਬੈਸਟ ਫਰੈਂਡ ਆ ਹਾਂਜੀ ਹਾਂਜੀ ਕਿੰਨਾ ਟਾਈਮ ਤੋਂ ਉਹਨਾਂ ਦੇ ਨਾਲ ਦੋਸਤੀ ਹੈ ਤੁਹਾਡੀ ਹੋ ਗਏ ਜੀ ਘੱਟੋ ਘੱਟ 5 ਸਾਲ ਹੋ ਗਏ 5-6 ਸਾਲ ਹੋ ਗਏ ਓਕੇ ਤੁਹਾਡੀ ਸਾਨੂੰ ਵੀ ਇਹਨਾਂ ਨਾਲ ਇਕੱਠੇ ਹੋ ਗਏ ਹਾਂ ਹੋ ਗਿਆ ਐਨਕ ਸਾਲ ਹੋ ਗਏ 3.5 ਸਾਲ ਹੋ ਗਏ ਸਾਨੂੰ ਮੈਨੂੰ ਇਹ ਦੱਸੋ ਜਿੱਦਾਂ ਤੁਸੀਂ ਸੁਣਿਆ ਹੋਣਾ ਜਾਂ ਦੇਖਿਆ ਹੋਣਾ ਕਿ ਯਾਰੀਆਂ ਦੋਸਤੀਆਂ ਪਹਿਲਾਂ ਵਰਗੀਆਂ ਨਹੀਂ ਰਹੀਆਂ ਜੇ ਪਹਿਲਾਂ ਵਰਗੀਆਂ ਨਹੀਂ ਰਹੀਆਂ ਉਹਦੇ ਪਿੱਛੇ ਕੀ ਕਾਰਨ ਲੱਗਦਾ ਤੁਹਾਨੂੰ ਕਾਰਨ ਤਾਂ ਦੇਖੋ ਹੀ ਮਤਲਬ ਸੈਲਫਿਸ਼ਨੈਸ ਵੱਧ ਗਈ ਹੈ ਬਹੁਤ ਜ਼ਿਆਦਾ ਮਤਲਬ ਹਰ ਕੋਈ ਮਤਲਬ ਹੀ ਕਰਦਾ ਕੋਈ ਵੀ ਕਿਸੇ ਨੂੰ ਦੇਖਦਾ ਵੀ ਉਹ ਚ ਪਹਿਲਾਂ ਮਤਲਬ ਦੇਖਦਾ ਵੀ ਮੈਨੂੰ ਇਹ ਚ ਕੀ ਉਹਦਾ ਬੈਨੀਫਿਟ ਮਿਲ ਸਕਦਾ ਇਹ ਚੀਜ਼ ਕਰਕੇ ਹੈ ਹੁਣ ਮਤਲਬ ਦੁਨੀਆ ਜਿਵੇਂ ਵਾਸਟ ਹੋ ਗਈ ਬਹੁਤ ਜ਼ਿਆਦਾ ਮਤਲਬ AI ਚੱਲ ਪਿਆ ChatGPT ਉਹਦੇ ਥਰੂ ਨਾ ਮਤਲਬ ਲੋਕ ਫਾਇਦਾ ਉਠਾਉਣ ਲੱਗੇ ਇੱਕ ਦੂਜੇ ਫਰੈਂਡਸ ਦਾ ਨਾ ਫਾਇਦਾ ਉਠਾਉਂਦੇ ਆ ਵੀ ਉਹ ਦੇਖਦੇ ਵੀ ਹਾਂ ਤੇਰੀ ਕਾਰ ਹੈਗੀ ਆ ਉਹਨੂੰ ਫੋਨ ਕਰ ਲਓ ਤੇਰੇ ਕੋਲੇ ਮਤਲਬ ਹਾਂ ਬਗਾਰ ਪਾ ਲਓ ਹਾਂ ਉਹਨੇ ਦੇਖਿਆ ਵੀ ਅੱਜ ਇਹਦੀ ਸੈਲਰੀ ਆ ਗਈ ਇਹਨੂੰ ਪਾਰਟੀ ਲਈ ਕਰ ਲਓ ਮਤਲਬ ਇਹ ਤੋਂ ਕੁਝ ਚੱਲਦੇ ਆ ਚਾਰ ਜਣੇ ਨਾਲ ਕੇ ਹਾਂ ਇਹ ਚੀਜ਼ ਕਰ ਸਕਦੇ ਆ ਇਹ ਚੀਜ਼ ਹੈ ਇਹ ਵਾਲੀ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਕਿਉਂ ਫਿੱਕ ਪੈ ਰਹੀ ਆ ਜਾਂ ਯਾਰੀਆਂ ਪਹਿਲਾਂ ਵਰਗੀਆਂ ਨਹੀਂ ਰਹੀਆਂ ਬਸ ਆਹੀ ਗੱਲ ਹੈ ਜੀ ਲੋਕਾਂ 'ਚ ਵਿਸ਼ਵਾਸ ਹੈ ਨਹੀਂ ਇੱਕ ਦੂਸਰੇ ਦੇ ਪ੍ਰਤੀ ਚਤਰਾਈਆਂ ਵੱਧ ਗਈਆਂ ਲੋਕਾਂ 'ਚ ਹੈ ਕਿ ਨਹੀਂ ਪਿੱਠ ਮੂਰੇ ਪਿੱਠ ਪਿੱਛੇ ਕੁਝ ਹੋਰ ਬਸ ਇਹਨਾਂ ਗੱਲਾਂ ਕਰਕੇ ਫਰਕ ਪੈ ਗਿਆ ਆਪਸ ਵਿੱਚ ਤੁਹਾਡਾ ਕਿੱਡਾ ਕਾ ਫਰੈਂਡ ਸਰਕਲ ਛੋਟਾ ਹੀ ਆ ਸਮਾਲ ਹੀ ਆ ਕੋਈ ਜ਼ਿਆਦਾ ਨਹੀਂ ਚੰਡੀਗੜ੍ਹ ਜਿੱਦਾਂ ਕਿ ਚੰਡੀਗੜ੍ਹ ਉੱਡਾ ਦਾ ਫਰੈਂਡ ਸਰਕਲ ਹੈ ਕਿੰਨੇ ਕ ਆਹੀ ਤਿੰਨ ਚਾਰ ਹੀ ਆ ਤੁਹਾਡੇ ਮਤਲਬ ਮੇਰੇ ਮੈਂ ਜ਼ਿਆਦਾ ਕਹਿ ਸਕਦਾ ਮੈਂ ਗਿਣਤੀ ਨਹੀਂ ਕਰ ਸਕਦਾ ਮਹਿਫਲ ਵਾਲੇ ਵੀ ਹੈਗੇ ਆ ਤੇ ਦੂਸਰੇ ਵੀ ਹੈਗੇ ਆ ਮੈਂ ਗਿਣਤੀ ਨਹੀਂ ਕਰ ਸਕਦਾ ਮਤਲਬ ਬਿਨਾਂ ਮਹਿਫਲ ਵਾਲੇ ਵੀ ਹੁੰਦੇ ਆ ਹਾਂ ਕਈ ਸ਼ਾਇਰੀ ਵਾਲੇ ਹੁੰਦੇ ਆ ਕਈ ਦਾਰੂ ਵਾਲੇ ਹੁੰਦੇ ਆ ਹਾਂ ਉਹ ਚੀਜ਼ ਮਤਲਬ ਦੋਨੋਂ ਤਰ੍ਹਾਂ ਦੇ ਦੋਨੋਂ ਤਰ੍ਹਾਂ ਦੇ ਆ ਅੱਛਾ ਮੈਨੂੰ ਇਹ ਦੱਸੋ ਕਿ ਜਿੱਦਾਂ ਜਿਹੜੇ ਅੱਜ ਕੱਲ ਦੀ ਦੋਸਤੀ ਆ ਤੁਹਾਨੂੰ ਕੀ ਲੱਗਦਾ ਕਿ ਮਤਲਬ ਤੋਂ ਇਲਾਵਾ ਵੀ ਕੋਈ ਹੋਰ ਚੀਜ਼ਾਂ ਲੱਗਦੀਆਂ ਆ ਕਿ ਕੁੜੀਆਂ ਕਰਕੇ ਤਾਂ ਨਹੀਂ ਹੁੰਦਾ ਇਦਾਂ ਕੁਝ ਨਹੀਂ ਨਹੀਂ ਕੁੜੀਆਂ ਦੇਖੋ ਅਲੱਗ ਇੱਕ ਦੋ ਨੇ ਰੀਜ਼ਨ ਦੱਸਿਆ ਸੀ ਨਾ ਕਿ ਕੁੜੀਆਂ ਕਰਕੇ ਐਕਚੁਅਲੀ ਪਤਾ ਕੀ ਲੋਕਾਂ ਦੀ ਥਿੰਕਿੰਗ ਇਹ ਹੋ ਚੁੱਕੀ ਹੈ ਮਤਲਬ ਨਾ ਜਿਵੇਂ ਹੁਣ ਦੇਖਦੇ ਆ ਕੁੜੀਆਂ ਮਤਲਬ ਕੋਈ ਆਪਾਂ ਸੀਨ ਦੇਖੀ ਆ ਵੀ ਉਹ ਛੱਡ ਗਈ ਉਹ ਪੈਸੇ ਪਰ ਕਈ ਕੁੜੀਆਂ ਐ ਨਹੀਂ ਹੁੰਦੀਆਂ ਸਾਰੀ ਨਹੀਂ ਹੁੰਦੀਆਂ ਇੱਕ ਤਰ੍ਹਾਂ ਦੀਆਂ ਪੰਜੇ ਉਂਗਲ ਇੱਕ ਸਾਰ ਨਹੀਂ ਹੈਗੀਆਂ ਆਪਣੀਆਂ ਸਾਰੇ ਕੋਈ ਕਿਵੇਂ ਹੁੰਦੇ ਕੋਈ ਕਿਵੇਂ ਹੁੰਦੇ ਦੇਖੋ ਨੇਚਰ ਵਾਈਜ਼ ਆਪਾਂ ਜੇ ਨੇਚਰ ਕਿਸੇ ਨੂੰ ਜਾਣਦੇ ਨਹੀਂ ਕਿਸੇ ਵਾਰ ਰਿਕਮੈਂਡ ਨਹੀਂ ਕਰ ਸਕਦੇ ਮੇਰੀ ਤਾਂ ਇਹੀ ਥਿੰਕਿੰਗ ਹੈ ਅੱਛਾ ਤੁਹਾਡੇ ਦੋਨਾਂ 'ਚ ਗੁੱਸਾ ਕਿੰਨੂੰ ਆਉਂਦਾ ਜ਼ਿਆਦਾ ਦੇਖੋ ਹੁਣ ਇਹ ਤਾਂ ਕੁਝ ਨਹੀਂ ਕਿਹਾ ਦੇ ਸਭ ਨੂੰ ਆਪਣਾ ਅਲੱਗ ਅਲੱਗ ਨਹੀਂ ਗੁੱਸਾ ਦੇਖੋ ਕਿਸੇ ਨੂੰ ਨਹੀਂ ਆਉਂਦਾ ਨਹੀਂ ਇਹਨਾਂ ਨੂੰ ਤਾਂ ਮੈਂ ਦੇਖਿਆ ਨਹੀਂ ਕਦੇ ਗੁੱਸੇ 'ਚ ਖੈਰ ਮੈਨੂੰ ਹੀ ਆਉਂਦਾ ਜ਼ਿਆਦਾ ਕਿਹੜੀ ਗੱਲੋਂ ਬਸ ਵੈਸੇ ਹੀ ਕਈ ਵਾਰ ਆ ਜਾਂਦਾ ਕੋਈ ਕਿਸੇ ਵੀ ਗੱਲ ਤੋਂ
ਨਹੀਂ ਇਹਨਾਂ ਦੇ ਤਾਂ ਕਦੇ ਨਹੀਂ ਆਇਆ ਨਹੀਂ ਨਹੀਂ ਕਦੇ ਮੈਂ ਸੇ ਮੈਂ ਇਹਨੂੰ ਦੱਸਿਆ ਨਾ ਮੈਨੂੰ ਗੁੱਸਾ ਨਹੀਂ ਹੁੰਦਾ ਬਿਲਕੁਲ ਗੁੱਸਾ ਨਹੀਂ ਹੁੰਦਾ ਮੈਨੂੰ ਮੈਂ ਇਰੀਟੇਟ ਵੀ ਨਹੀਂ ਹੁੰਦਾ ਬਿਲਕੁਲ ਕਿਸੇ ਚੀਜ਼ ਤੋਂ ਹਾਂ ਮੈਂ ਪੁੱਛ ਕੇ ਇਰੀਟੇਟ ਕਰਦਾ ਕੋਈ ਨਹੀਂ ਕੋਈ ਕਰਦਾ ਤੇ ਵਰਪ ਕੋਈ ਨਹੀਂ 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 ਮੈਂ ਨਹੀਂ ਵਰਦਾ ਕਿਸੇ ਦੇ ਹਾਂ ਅੱਛਾ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਆ ਤੁਸੀਂ ਉਹਨਾਂ ਨੂੰ ਯਾਰੀ ਬਾਰੇ ਫਰੈਂਡਸ਼ਿਪ ਬਾਰੇ ਕੀ ਕਹਿਣਾ ਚਾਹੋਗੇ ਕੋ ਮਤਲਬ ਐਂ ਮਤਲਬ ਜਿਵੇਂ ਆਪਾਂ ਪਿਛਲੇ ਦੇਖੀ ਜੇ ਥੋੜਾ ਟਾਈਮ ਪਿੱਛੇ ਚਲੇ ਜਾਈਏ ਤਾਂ ਮਤਲਬ ਯਾਰੀਆਂ ਸੀਗੀਆਂ ਐਕਚੁਅਲ 'ਚ ਹੁਣ ਹੈ ਨਹੀਂ ਯਾਰੀਆਂ ਉਹ ਚੀਜ਼ ਨੂੰ ਮਤਲਬ ਦੇਖਣਾ ਚਾਹੀਦਾ ਹੁਣ ਤਾਂ ਜਿਵੇਂ ਆਪਣੇ ਕੋਲ ਮਤਲਬ ਔਨਲਾਈਨ ਸਿਸਟਮ ਹੈ ਉਹਦੇ 'ਚ ਦੇਖੋ ਵੀ ਪਹਿਲਾਂ ਲੋਕ ਕਿਵੇਂ ਪਿਆਰ ਕਰਦੇ ਇਕੱਠੇ ਰਹਿੰਦੇ ਸੀ ਹੁਣ ਇੱਕ ਮੋਬਾਈਲ 'ਤੇ ਵਾਲਾ ਕਹਿੰਦਾ ਹੁਣ ਚਾਰ ਜਣੇ ਕਾਰ 'ਚ ਬੈਠੇ ਆ ਇੱਕ ਡਰਾਈਵਰ ਹੀ ਆ ਜਿਹੜਾ ਡਰਾਈਵਿੰਗ ਕਰ ਰਿਹਾ ਬਾਕੀ ਜਿਹੜੇ ਤਿੰਨੇ ਨਾਲ ਬੈਠੇ ਆ ਉਹ ਮੋਬਾਈਲ 'ਤੇ ਬੈਠੇ ਆ ਉਹ ਸਭ ਆਪਣਾ ਮਤਲਬ ਕਰਦੇ ਆ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਮਤਲਬ ਇੱਕ ਘਰ ਵੀਸੀਆਰ ਹੁੰਦਾ ਸੀਗਾ ਉਹ ਸਾਰਾ ਪਿੰਡ ਇਕੱਠਾ ਹੋ ਕੇ ਬਹਿੰਦਾ ਸੀ ਉੱਥੇ ਉਹ ਹਾਂ ਚਾਹ ਹੁੰਦਾ ਵੀ ਦੇਖਦੇ ਸੀ ਵੀ ਹਾਂ ਯਾਰ ਇਹਨਾਂ ਦੇ ਘਰੇ ਆਪਾਂ ਚੱਲਦੇ ਸਾਰੇ ਇਕੱਠੇ ਹੋ ਬੈਠਾਂਗੇ ਵੀ ਐਂ ਦੇਖਣਾ ਅਸੀਂ ਵੀ ਉਹਨਾਂ ਵਿੱਚੋਂ ਸੀ ਠੀਕ ਹੈ ਨਾ ਵੀ ਕਦੇ ਸਾਡੇ ਵੀ ਟੀਵੀ ਹੁੰਦਾ ਸੀ ਕਦੇ ਕੁਛ ਟਾਈਮ ਪਹਿਲਾਂ ਨਹੀਂ ਸੀ ਕਦੇ ਆਇਆ ਵੀ ਬਿਲਕੁਲ ਅਸੀਂ ਦੇਖੀਆਂ ਚੀਜ਼ਾਂ ਇਹ ਚੀਜ਼ਾਂ ਮਤਲਬ ਲੋਕਾਂ ਨੂੰ ਪੁਰਾਣੀ ਚੀਜ਼ਾਂ ਯਾਦ ਕਰਨੀ ਚਾਹੀਦੀ ਦੇਖਣਾ ਵੀ ਮੇਰਾ ਪਿਆਰ ਨੂੰ ਬੰਨਣਾ ਕਿਵੇਂ ਰਹਿਣਾ ਚਾਹੀਦਾ ਉਹ ਚੀਜ਼ਾਂ ਦੇਖ ਕੇ ਆ ਸਕਦੇ ਤੁਸੀਂ ਕੀ ਕਹੋਗੇ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਯਾਰੀ ਦੇ ਬਾਰੇ ਯਾਰੀਆਂ ਬਾਰੇ ਇਹੀ ਹੈ ਜੀ ਕਿਸੇ ਵੀ ਚੀਜ਼ ਨੂੰ ਜ਼ਿਆਦਾ ਪਰਸਨਲੀ ਨਾ ਲਓ ਵੀ ਤੁਸੀਂ ਜੋ ਇੱਕ ਦੂਸਰੇ ਦੇ ਸਾਹਮਣੇ ਹੋ ਉਹੀ ਰਹੋ ਆਪਣੇ ਓਰੀਜਨਲ ਲਓ ਠੀਕ ਹੈ ਤੇ ਬਸ ਇਹੀ ਹੈ ਮੈਨੂੰ ਬਹੁਤ ਚੰਗਾ ਲੱਗਾ ਜੀ ਗੱਲ ਕਰਕੇ ਥੈਂਕ ਯੂ ਜੀ ਥੈਂਕ ਯੂ ਕਿੱਦਾਂ ਜੀ ਠੀਕ ਹੋ ਵਧੀਆ ਜੀ ਕਿੱਥੋਂ ਦੇ ਹੋ ਉਹਨਾਂ ਤੋਂ ਆ ਮੈਂ ਤੁਸੀਂ ਮੈਂ ਨਾਲਾਗੜ ਤੋਂ ਤੁਸੀਂ ਮੈਂ ਫਿਰੋਜ਼ਪੁਰ ਓਕੇ ਕੀ ਕਰਦੇ ਹੋ ਮੈਂ ਐਡਵੋਕੇਟ ਆ ਜੀ ਮੁਹਾਲੀ ਕੋਰਟ ਦੇ ਵਿੱਚ ਮੈਂ ਇੰਟਰਨ ਆ ਜੀ ਐਡਵੋਕੇਟ ਆ ਜੀ ਐਡਵੋਕੇਟ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ ਇੱਥੇ ਤਾਂ ਹੁਣ ਕਦਾ ਇੱਥੇ ਮੰਡੇ ਨੂੰ ਹੀ ਆਏ ਆ ਉਹ ਹੁਣੇ ਆਏ ਹੋ ਵੈਸੇ ਪਹਿਲੇ ਰਹਿ ਕੇ ਗਏ ਆ ਇੰਟਰਨਸ਼ਿਪ ਵਗੈਰਾ ਅੱਛਾ ਤੁਸੀਂ ਮੈਂ ਮੰਡੇ ਤੋਂ ਆ ਮੰਡੇ ਤੋਂ ਹਾਂਜੀ ਮੈਂ ਤਾਂ ਮੈਨੂੰ ਤਾਂ ਹੋ ਗਏ 2019 ਚ ਪਾਸ ਆਊਟ ਹੋਇਆ ਸੀ ਕੰਫੀਡੈਂਸ ਤੋਂ ਹੀ ਲੱਗਦਾ ਪਿਆ ਕਿ ਤੁਸੀਂ ਪੁਰਾਣੇ ਹੀ ਹੋ ਇੱਥੇ ਦੇ ਨਹੀਂ ਨਹੀਂ ਮੈਂ ਤਾਂ 2019 ਤੋਂ ਪਾਸ ਆਊਟ ਆਈ ਆਇਆ ਪੂਰਾ ਚੰਡੀਗੜ੍ਹ ਮੋਹਾਲੀ ਤੁਸੀਂ ਹਾਂਜੀ ਨਾ ਚੰਡੀਗੜ੍ਹ ਤਾਂ ਮੈਂ ਘੱਟ ਹੀ ਜਾਂਦਾ ਇੱਥੇ ਕੰਮ ਹੀ ਬੜਾ ਇੱਥੋਂ ਮੁੱਕੇਦਾ ਹੀ ਨਹੀਂ ਕੰਮ ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡਾ ਕੋਈ ਬੈਸਟ ਫਰੈਂਡ ਹੈ ਕੁੜੀ ਮੁੰਡਾ ਕੋਈ ਵੀ ਹੋ ਸਕਦਾ ਬੈਸਟ ਫਰੈਂਡ ਹਾਂਜੀ ਕੀ ਨਾਮ ਕੀ ਨਾਮ ਦੱਸਾਂ ਅਤੁਲ ਅਤੁਲ ਤੁਹਾਡੇ ਹਾਂਜੀ ਹਰਸ਼ ਹਰਸ਼ ਮੇਰਾ ਨਾ ਨਾਮ ਅੱਛਾ ਬੈਸਟ ਫਰੈਂਡ ਤੇ ਮੇਰਾ ਯਾਰ ਅਭੀ ਹੈ ਇੱਕ ਹਾਂ ਤੇ ਵਧੀਆ ਓਕੇ ਆ ਸਭ ਤੋਂ ਬੈਸਟ ਹੈ ਅੱਛਾ ਤੁਹਾਨੂੰ ਤਿੰਨਾਂ ਨੂੰ ਲੱਗਦਾ ਕਿ ਜਿਹੜੀਆਂ ਯਾਰੀਆਂ ਆ ਦੋਸਤੀ ਆ ਉਹ ਪਹਿਲਾਂ ਵਰਗੀ ਨਹੀਂ ਰਹੀ ਹੁਣ ਬਦਲ ਗਈ ਆ ਬਿਲਕੁਲ ਕਿਹੜੀ ਚੀਜ਼ ਤੋਂ ਲੱਗਦਾ ਪੈਸੇ ਤੋਂ ਪੈਸੇ ਕਰਕੇ ਕਿੱਦਾਂ ਕਿਉਂਕਿ ਠੀਕ ਹੈ ਹੱਸਣੇ ਖੇਡਣੇ ਵੀ ਸਾਰੇ ਨਾਲ ਹੈ ਬਟ ਪੈਸੇ ਦੇ ਮਾਮਲੇ 'ਚ ਕੋਈ ਨਹੀਂ ਹੁੰਦਾ ਓਹ ਉਹ ਵੇਲੇ ਨਹੀਂ ਖੜਦਾ ਜੇ ਕੋਈ ਮੰਗ ਲਵੇ ਤਾਂ ਵੀ ਦੋਸਤੀ ਖਤਮ ਮੰਗ ਲਵੇ ਫਿਰ ਵੀ ਪਿੱਛੇ ਨੂੰ ਹਟ ਜਾਂਦੇ ਆ ਵੀ ਹੌਲੀ ਹੌਲੀ ਯਾਰ ਗੱਲ ਹੀ ਬੰਦ ਕਰ ਦਿੰਦੇ ਆ ਪੈਸੇ ਮੰਗ ਰਹੇ ਆਏ ਤਾਂ ਮਤਲਬ ਮੈਂ ਵੀ ਕਰਨ ਲੱਗ ਪਈ ਹੋਈ ਏਦਾਂ ਹੁਣ ਤਾਂ ਮੇਰੇ ਨਾਲ ਲੱਗ ਗਈ ਕਿ ਤੁਹਾਡੇ ਨਾਲ ਮੇਰੇ ਨਾਲ ਹੋਇਆ ਪਹਿਲੇ ਫਿਰ ਮੈਂ ਕਰਨ ਲੱਗ ਗਈ ਟਿਟ ਫੋਰ ਟੈਟ ਹੋ ਗਿਆ ਟਿਟ ਫੋਰ ਟੈਟ ਆਹਾਂ ਤੁਹਾਨੂੰ ਕੀ ਲੱਗਦਾ ਸੇਮ ਯਾਰ ਪੈਸੇ ਲਈ ਦੋਸਤੀ ਹੈ ਹਾਂ ਤੁਹਾਡੇ ਨਾਲ ਕਦੀ ਇਦਾਂ ਰਸੀਨ ਹੋਇਆ ਬਹੁਤ ਵਾਰ ਜੇ ਪੈਸੇ ਮੰਗੋ ਫਿਰ ਅੱਗੇ ਦੇ ਹਾਂ ਕਰਦੇ ਆ ਠੀਕ ਹੈ ਓਕੇ ਬਾਏ ਮੁੜ ਕੇ ਫੋਨ ਨਹੀਂ ਚੱਕਣਾ ਯਾਰ ਐਕਸਕਿਊਜ਼ਸ ਦੇ ਸੇਮ ਸੇਮ ਇਹ ਕੀ ਕੀਤਾ ਉਸ ਯਾਰ ਦਾ ਹਾਲ ਬਸ ਬਲੌਕ ਚ ਪਿਆ ਹੋਰ ਕੀ ਕਰਨਾ ਸਹੀ ਹੋਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਇਸ ਤੋਂ ਇਲਾਵਾ ਕੀ ਕਾਰਨ ਲੱਗਦਾ ਹੁਣ ਸਮਾਂ ਬਦਲ ਗਿਆ ਲੋਕ ਲਾਲਚੀ ਹੋ ਗਏ ਆ ਤੇ ਜਿਵੇਂ ਜਿਵੇਂ ਲਾਲਚ ਵਧੀ ਜਾਂਦਾ ਵੈਸੇ ਤਾਂ ਰੀਜ਼ਨ ਤਾਂ ਮੇਨ ਪੈਸਾ ਹੀ ਹੈ ਪੈਸੇ ਦਾ ਲਾਲਚ ਹੀ ਹੁੰਦਾ ਜੀ ਜਦੋਂ ਆਪਾਂ ਚੀਜ਼ ਨਵੀਂ ਖਰੀਦਣੀ ਆ ਫਿਰ ਕੁਛ ਵੀ ਪੈਸਾ ਤਾਂ ਵਿੱਚ ਆਉਣਾ ਹੀ ਆਉਣਾ ਸਮਾਂ ਚੇਂਜ ਹੋ ਗਿਆ ਲੋਕ ਲਾਲਚੀ ਹੋ ਗਏ ਲਾਲਚ ਦੇ ਨਾਲ ਆਪਾਂ ਝੂਠ ਬੋਲਦੇ ਆ ਫਿਰ ਆਪਣੇ ਆਪ ਦੇ ਬੰਦੇ ਹੀ ਆਪਣੇ ਤੋਂ ਦੂਰ ਹੋ ਜਾਂਦੇ ਬਸ ਫਿਰ ਕਰਦੇ ਕਰਦੇ ਨਾਲ ਕਦੀ ਇਦਾਂ ਹੋਇਆ ਨਾ ਨਾ ਮੇਰੇ ਨਾਲ ਕਦੀ ਨਹੀਂ ਹੋਇਆ ਆਪਾਂ ਸਾਰੇ ਨੇ ਸਹੀ ਆ ਸਾਰੇ ਆਪਣੇ ਨਾਲ ਸਹੀ ਆ ਠੀਕ ਹੈ ਮਤਲਬ ਤੁਹਾਨੂੰ ਮੇਨ ਉਹਦਾ ਇਹ ਲੱਗਦਾ ਰੀਜ਼ਨ ਕਿ ਪੈਸੇ ਕਰਕੇ ਆ ਹਾਂਜੀ ਮੈਂ ਵੇਖਦਾ ਜਿਵੇਂ ਲੋਕਾਂ ਨੂੰ ਵੇਖਦਾ ਨਾ ਲੋਕ ਇੱਕ ਦੂਜੇ ਨੂੰ ਛੱਡ ਕੇ ਚਲੇ ਜਾਂਦੇ ਆ ਪਹਿਲਾਂ ਦੇ ਇਕੱਠੇ ਹੁੰਦੇ ਪਿਆਰ ਹੁੰਦਾ ਬਾਅਦ ਵਿੱਚ ਇੱਕਦਮ ਛੱਡ ਕੇ ਚਲੇ ਜਾਂਦੇ ਇਹ ਵੇਖ ਕੇ ਮੈਨੂੰ ਮੈਂ ਹਿਸਾਬ ਕਿਤਾਬ ਲਾਇਆ ਬਾਕੀ ਆਪਣੇ ਨਾਲ ਸਾਰੇ ਸਹੀ ਆ ਮੈਂ ਸਾਰੇ ਨਾਲ ਸਹੀ ਆ ਵਧੀਆ ਚੱਲਦਾ ਹਾਂਜੀ ਅੱਛਾ ਤੁਹਾਡੇ ਤਿੰਨਾਂ ਨੂੰ ਮੈਂ ਬਾਰ-ਬਾਰ ਪੁੱਛਦੀ ਕਦੀ ਇਦਾਂ ਹੋਇਆ ਕਿ ਕੋਈ ਯਾਰ ਆ ਕਿ ਕੋਈ ਨਹੀਂ ਜਦੋਂ ਮਰਜ਼ੀ ਫੋਨ ਕਰ ਲਈ ਜਦੋਂ ਲੋੜ ਪਈ ਤਾਂ ਫੋਨ ਹੀ ਨਹੀਂ ਚੱਕਦੇ ਨਹੀਂ ਇੱਦਾਂ ਤਾਂ ਨਹੀਂ ਹੋਇਆ ਚਲੋ ਪੈਸੇ ਵਗੈਰਾ ਵਾਲੀ ਗੱਲ ਹੈ ਬਟ ਮੇਰੇ ਕੁਛ ਦੋਸਤ ਇੱਦਾਂ ਦੇ ਆ ਕਿ ਮੈਂ ਹੁਣ ਵੀ ਕਾਲ ਕਰਦੇ ਆ ਵੀ ਮੈਨੂੰ ਐਮਰਜੈਂਸੀ ਚਾਹੇ 1 ਰੁਪਿਆ ਨਹੀਂ ਆਉਣਾ ਪੱਲੇ ਫੋਨ ਬੰਦ ਪਏ ਹੋ ਪੈਦਲ ਪੈਦਲ ਚੱਲ ਕੇ ਆ ਜਾਉਂਗੇ ਫਿਰ ਆ ਜਾਉਂਗੇ ਇੱਦਾਂ ਹੋਇਆ ਬਹੁਤ ਵਾਰ ਪਰ 3-4 ਖਾਸ ਐਸੇ ਆ ਕਿ ਜਦ ਮਰਜ਼ੀ ਕਾਲ ਹਾਂ ਕਿ ਇਹ ਮਤਲਬ ਆਣੇ ਹੀ ਆਣੇ ਨਾ ਨਾ ਹਾਂ ਕਦੇ ਨਹੀਂ ਤੁਹਾਡੇ ਨਾਲ ਹੋਇਆ ਕਦੇ ਲੋੜ ਪੈਂਦੇ ਫੋਨ ਹੀ ਨਹੀਂ ਚੱਕਿਆ ਫੋਨ ਚੱਕੇ ਨਾ ਚੱਕੇ ਜੇ ਮੈਨੂੰ ਫੋਨ ਆ ਗਿਆ ਮੈਂ ਤਾਂ ਪਹੁੰਚ ਹੀ ਜਾਣਾ ਮੇਰੀ ਇਹ 100% ਗਰੰਟੀ ਹੈ ਜੇ ਮੈਨੂੰ ਫੋਨ ਆ ਗਿਆ ਮੈਂ ਪਹੁੰਚਣਾ ਹੀ ਪਹੁੰਚਣਾ ਹਾਂ ਕੋਈ ਨਾ ਆਵੇ ਉਹ ਮੈਂ ਇਕੱਲੇ ਹੀ ਹੱਲ ਕਰ ਲੈਣਾ ਆਪਾਂ ਜ਼ਿੰਦਗੀ 'ਚ ਹੁਣ ਤੁਹਾਨੂੰ ਪਤਾ ਹੀ ਜਦੋਂ ਘਰੋਂ ਬਾਹਰ ਨਿਕਲਦੇ ਫਿਰ ਇਕੱਲੇ ਹੀ ਕਰ ਲਈਦੇ ਹੱਲ ਸਾਰੇ ਅੱਛਾ ਤੇ ਜਿਹੜੇ ਇਸ ਵੇਲੇ ਦੇਖ ਰਹੇ
पैसा कमाओ, रिश्तेदारी यारी दोस्ती सब मिलूगा। किते नहीं जांदे, आप आणगे नठे नठे आणगे। की हाल चाल है, की हाल चाल पैरां च? बस पैसे कमा लो, बस चलो। मैनू बहुत चंगा लगा जी तुहाडे नाल गल करके, थैंक यू जी। सो प्राइम व्यूज प्रोग्राम तुसीं देख रहे सी, यारी दोस्ती दी गल कीती कि पहला वर्गी यारी दोस्ती है जां बदल गई। तुसीं सारयां दे रिव्यू जां व्यू सोहणी लए आ, मैं कहां ठीक आ। हर कोई अपने काम दे विच बिजी हो गया, स्कूल टाइम यारी दोस्ती थोड़ी गूढ़ी हुंदी, कॉलेज जाके थोड़े दोस्त बदल जांदे आ यारी दोस्ती, पर कुछ कु जिहड़े हुंदे खास हुंदे आ। मैं जे कहां मेरे क्लोज फ्रेंड्स कॉलेज टाइम दे आ, एक दो जणियां हैगियां आ, नव किरण कौर ते गुरदीप कौर, ये दो मेरियां कह सकदे कि क्लोज फ्रेंड्स हैगियां आ। बाकी हाँ, फ्रेंड सर्कल छोटा जरूर हो जांदा आ। मैनूं लगदा कि जिहड़े तुहाडे नाल खड़े आ ते उह खड़े ही आ, किते नहीं जांदे हैगे, भावें तुसीं साल एक गल ना करो, फिर मुड़ के तुहाडी यारी दोस्ती पक्की ही हुंदी आ, गिला शिकवा कोई नहीं हुंदा हैगा। प्रोग्राम के बारे तुहाडा की कहना, ते तुहाडा इस टॉपिक के बारे की कहना कॉमेंट करके दस्सियो। जे प्रोग्राम वधिया लग्गिया उहनूं लाइक भी करियो, शेयर भी करियो। हुण मैनूं नीलम क्वीन नूं दिओ इजाजत, तुसीं दे इधरों प्राइम एशिया टीवी, तुहाडा अपना, तुहाडे लई, टेक केयर, बाय बाय, सत श्री अकाल।